ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਲੋ ਜੀ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ। ਅੱਜ ਦਾ ਦਿਨ ਲਾਸਟ ਹੈ, ਤੁਹਾਨੂੰ ਆ ਡੱਬੇ ਇੱਥੇ ਵੇਖਣ ਨੂੰ ਮਿਲਣਗੇ। ਅੱਜ ਆਪਾਂ ਡੱਬੇ ਚੱਕ ਦੇਣੇ ਨੇ, ਠੀਕ ਹੈ, ਇੱਥੋਂ ਅਨਬੋਕਸਿੰਗ ਵਗੈਰਾ ਇਹਨਾਂ ਦੀ ਕਰ ਦੇਣੀ ਅੱਜ, ਅਤੇ ਉਸ ਦੇ ਨਾਲ ਲਾਸਟ ਵਲੌਗ ਮੈਂ ਜਸਟ ਹੁਣੇ ਜਿਹਾ ਐਂਡ ਕਰਕੇ ਹਟਿਆ ਵਾਂ, ਅਤੇ ਬਸ ਕੰਮ ਚੱਲਣ ਦਿਆ। ਅੱਜ ਇੱਕ ਨਵਾਂ ਸਵਰਾਜ ਆਪਾਂ ਰੇਡੀ ਕਰ ਦੇਣਾ, ਸਟੇਅਰਿੰਗ ਸਿਸਟਮ ਨੂੰ ਛੱਡ ਕੇ ਬਾਕੀ ਜਿੰਨੇ ਪਾਰਟ ਨੇ ਨਾ ਸਾਰੇ ਅੱਜ ਰੇਡੀ ਕਰ ਦਾਂਗੇ, ਕੋਸ਼ਿਸ਼ ਮੇਰੀ ਇਹੀ ਰਹੂਗੀ। ਠੀਕ ਹੈ, ਪਾਰਟ ਇੱਥੇ ਪ੍ਰਿੰਟ ਹੋ ਰਹੇ ਨੇ, ਪ੍ਰਿੰਟਰ ਦੋਵਾਂ ਪਾਸੇ ਚੱਲਣ ਦੇਣਾ, ਇੱਧਰ ਮਿਊਜ਼ਿਕ ਸਿਸਟਮ ਪ੍ਰਿੰਟ ਹੋ ਰਿਹਾ, ਅਤੇ ਇੱਧਰ ਆਪਣੀ ਟਰਾਲੀ ਦੇ ਵੀਲ ਪ੍ਰਿੰਟ ਹੋ ਰਹੇ ਨੇ, ਕਿਉਂਕਿ ਟਰਾਲੀ ਵੀ ਆਪਾਂ ਰੇਡੀ ਕੀਤੀ ਸੀ ਪਰ ਮੌਕੇ ਦਿੰਦੇ ਟਾਇਰ ਅਤੇ ਵੀਲ ਹੈ ਨਹੀਂ ਆਪਣੇ ਕੋਲ। ਇੱਥੇ ਮੈਂ ਵੀਲ ਪ੍ਰਿੰਟ ਕਰਨੇ ਲਾਏ ਨੇ, ਪ੍ਰਿੰਟ ਹੋ ਜਾਂਦੇ ਨੇ, ਉਦੋਂ ਬਾਅਦ ਫਿਰ ਨਵੇਂ ਟਾਇਰ ਪ੍ਰਿੰਟ ਕਰਨੇ ਲਾ ਦਿੰਦੇ ਹਾਂ, ਠੀਕ ਹੈ, ਫਿਲਾਮੈਂਟ ਆਪਾਂ ਚੇਂਜ ਕਰ ਦਾਂਗੇ ਇਹਦਾ। ਅਤੇ ਬਾਕੀ ਇੱਧਰ ਨਾਟ ਗਿਆਰਾਂ ਜਿਹੜਾ ਉਹ ਵੀ ਅਜੇ ਰੇਡੀ ਕਰ ਦੇਣਾ, ਲਗਭਗ ਰੇਡੀ ਵੈਸੇ ਹੋ ਹੀ ਗਿਆ ਹੈ, ਬਸ ਮੇਨ ਇੱਕ ਸਲੈਂਸਰ ਰਹਿ ਗਿਆ ਲੱਗਣ ਵਾਲਾ, ਠੀਕ ਹੈ, ਉਹ ਲਾ ਕੇ ਅਤੇ ਬਸ ਫਾਈਨਲ ਰੇਡੀ ਆ ਨਾਟ ਗਿਆਰਾਂ ਵੀ ਆਪਣਾ। ਅਤੇ ਬਾਕੀ ਅੱਗੇ ਸੇਮ ਇਸ ਕੈਟਾਗਰੀ 'ਚ ਆਪਣਾ ਸਵਰਾਜ ਵੀ ਇੱਕ ਰੇਡੀ ਕਰਨਾ ਹੈ, ਉਹਦੇ 'ਤੇ ਵੀ ਮੈਂ ਕੰਮ ਦੇਖਦਾ, ਤਿੰਨ ਚਾਰ ਦਿਨਾਂ ਤੱਕ ਨਾ ਸ਼ੁਰੂ ਕਰ ਦਾਂਗਾ, ਕਿਉਂਕਿ ਹੌਲੀ ਹੌਲੀ ਬਣਾਵਾਂਗੇ ਵੀ ਆਹ ਜਿਹੜੇ ਟਰੈਕਟਰ ਨੇ ਇੰਨੇ ਜ਼ਿਆਦਾ ਨਹੀਂ ਤਿਆਰ ਹੁੰਦੇ, ਮਹੀਨੇ 'ਚ ਇੱਕ ਅੱਧਾ ਟਰੈਕਟਰ ਹੀ ਬਣਾਉਂਦੇ ਹਾਂ ਆਪਾਂ, ਠੀਕ ਹੈ, ਅਤੇ ਆਪਣੇ ਕੋਲ ਇਹਦਾ ਪ੍ਰੋਪਰ ਸਮਾਨ ਵੀ ਕੋਨੀਗਾ, ਉਹ ਵੀ ਔਡਰ ਕਰਨਾ ਪਊਗਾ। ਇਹਦੇ ਰਿਮੋਟ ਜਿਹੜਾ ਵੱਡਾ ਯੂਜ਼ ਹੁੰਦਾ, ਆਪਣੇ ਕੋਲ ਸਟੋਕ 'ਚ ਦੋ ਰਿਮੋਟ ਸੀਗੇ, ਉਹਦੇ 'ਚੋਂ ਵੀ ਇੱਕ ਰਿਮੋਟ ਜਿਹੜਾ ਉਹ ਇਹਦਾ ਹੈ, ਅਤੇ ਦੂਜੇ ਸਵਰਾਜ ਵਾਸਤੇ ਕੋਈ ਰਿਮੋਟ ਹੈ ਨਹੀਂ ਮੇਰੇ ਕੋਲ, ਕਿਉਂਕਿ ਉਹ ਰਿਮੋਟ ਜਿਹੜਾ ਉਹ ਆਪਣੇ ਮਹਿੰਦਰੇ ਦਾ, ਅਤੇ ਉਹਦੇ 'ਤੇ ਵੀ ਆਪਾਂ ਨੂੰ ਰਿਮੋਟ ਚਾਹੀਦਾ। ਇਸ ਕਰਕੇ ਨਾ ਆਹ ਟਰੈਕਟਰ ਜਿਹੜਾ ਸਵਰਾਜ ਬਣਨਾ ਇਸ ਕੈਟੇਗਰੀ 'ਚ, ਉਹਦੇ ਵਾਸਤੇ ਰਿਮੋਟ ਵਗੈਰਾ ਐਡਵਾਂਸ ਮੈਨੂੰ ਔਡਰ ਕਰਕੇ ਰੱਖਣੇ ਪੈਣੇ ਨੇ, ਵੀ ਉਹਨੂੰ ਥੋੜ੍ਹਾ ਟਾਈਮ ਲੱਗੂਗਾ ਹਜੇ। ਬਾਕੀ ਚਲੋ ਆਪਾਂ ਟਰੈਕਟਰ ਸਾਰਾ ਰੇਡੀ ਕਰ ਲਾਂਗੇ, ਠੀਕ ਹੈ, ਜਿਵੇਂ ਔਡਰ ਆਊਗਾ ਉਸ ਹਿਸਾਬ ਨਾਲ ਫਿਰ ਅੱਗੇ ਰਿਮੋਟ ਫਿੱਟ ਕਰ ਲਾਂਗੇ ਉਹਦੇ 'ਚ, ਠੀਕ ਹੈ। ਅਤੇ ਕੱਲ੍ਹ ਵਾਲਾ ਵਲੌਗ ਮੈਂ ਐਡਿਟ ਕਰਦਾ ਵਾਂ, ਉਦੋਂ ਬਾਅਦ ਫਿਰ ਆ ਕੇ ਸਵਰਾਜ 'ਤੇ ਕੰਮ ਸ਼ੁਰੂ ਕਰਦੇ ਹਾਂ। ਆਹ ਨਵੇਂ ਸਵਰਾਜ ਦੇ ਫਰੰਟ ਵਾਲੇ ਟਾਇਰ ਨੇ, ਅਤੇ ਇਹਨਾਂ ਨੂੰ ਕਰਨਾ ਫਿੱਟ, ਅਸੈਂਬਲ ਕਰਨਾ, ਅਤੇ ਫਿਰ ਅੱਗੇ ਕਰਾਂਗੇ ਕੰਟੀਨਿਊ। ਅਤੇ ਉਸ ਦੇ ਨਾਲ ਆ ਇੱਥੇ ਇਸ ਟਰੈਕਟਰ ਜਿਹੜਾ, ਉਹਦੇ ਵੀ ਆ ਦੇਖੋ 5 ਐਕਸਲ ਫਰੰਟ ਐਕਸਲ ਰੇਡੀ ਕਰ ਲੈਣੇ ਮੈਂ, ਠੀਕ ਹੈ, ਇੱਕ ਹੀ ਪਾਰਟ ਪ੍ਰਿੰਟ ਹੋਇਆ, ਬਾਕੀ ਦੇ ਪਾਰਟ ਅਜੇ ਪ੍ਰਿੰਟ ਕਰਨੇ ਨੇ, ਉਹ ਮੈਂ ਮਿਊਜ਼ਿਕ ਸਿਸਟਮ ਪ੍ਰਿੰਟ ਕਰਨਾ ਲਾਤਾ ਸੀਗਾ, ਇਸ ਕਰਕੇ ਮਿਊਜ਼ਿਕ ਸਿਸਟਮ ਪ੍ਰਿੰਟ ਹੁੰਦਾ, ਉਦੋਂ ਬਾਅਦ ਇਹਦੇ ਪਾਰਟ ਪ੍ਰਿੰਟ ਕਰਕੇ ਅਤੇ ਇਸ ਨੂੰ ਵੀ ਛੇਤੀ ਕਰਦੇ ਹਾਂ ਰਿਮੋਟ ਕੰਟਰੋਲ ਆਪਾਂ, ਯਾਨੀ ਕੰਮ ਮੌਕੇ 'ਤੇ ਚੱਲਣ ਦਿਆ, ਬਾਕੀ ਹੌਲੀ ਹੌਲੀ ਚੱਲੂਗਾ, ਹੌਲੀ ਹੌਲੀ ਗੱਡੀ ਚੜ੍ਹਾਉਂਦੇ ਹਾਂ ਪੱਟਰੀ 'ਤੇ ਆਪਾਂ, ਠੀਕ ਹੈ। ਸਵਰਾਜ ਵਾਲਾ ਆਲਮੋਸਟ ਸਾਰਾ ਕੰਮ ਡਨ ਹੋ ਚੁੱਕਿਆ, ਪੱਕਾ ਇਹਦਾ ਹੱਲ ਹੋ ਚੁੱਕਿਆ, ਬਸ ਸਟੀਅਰਿੰਗ ਸਿਸਟਮ ਰਹਿ ਗਿਆ ਇੱਕ। ਲਓ ਵੀ ਮੁੰਡਿਓ ਸੀਨ ਇੱਦਾਂ ਹੈ ਕਿ ਆਹ ਦੇਖੋ ਪਾਰਟਨਰ ਆ ਗਿਆ ਆਪਣਾ, ਅੱਜ ਹੀ ਪੇਪਰ ਖਤਮ ਹੋ ਜਾਣਾ ਤਾਂ ਸਿੱਧਾ ਹੀ ਮੈਂ ਇੱਥੇ ਇੰਪੋਰਟ ਕਰਾ ਲਿਆ। ਮੈਂ ਕਿਹਾ ਆ ਜਾ ਬਈ, ਉੱਥੇ ਹੀ ਲੈ ਚੱਲ ਮਾਡਲ, ਉੱਧਰ ਹੀ ਲੈ ਚੱਲ, ਉੱਧਰ ਹੀ ਕਰਾਂਗੇ। ਅਤੇ ਬਸ ਸ਼ੂਟ ਕਰਨਾ, ਕਈ ਦਿਨਾਂ ਦੇ ਡੱਬੇ ਪਏ ਨੇ, ਮੈਂ ਕਿਹਾ ਇਹ ਕੰਮ ਨਿਬੇੜੀਏ। ਟਰਾਲੀ ਆਪਣੀ ਰੇਡੀ ਹੋ ਚੁੱਕੀ ਹੈ, ਆਹ ਦੇਖੋ, ਜੇ ਟਾਈਮ ਲੱਗਾ ਅੱਜ ਤਾਂ ਟੈਸਟਿੰਗ ਕਰ ਲਾਂਗੇ, ਨਹੀਂ ਤਾਂ ਇੱਕ ਅੱਧੀ ਇੱਕ ਰੀਲ ਸ਼ੂਟ ਕਰ ਲਾਂਗੇ, ਮਿੱਟੀ ਮੋਟੀ ਪਾ ਕੇ ਨਾ ਇਹਦੇ 'ਚ। ਬਾਕੀ ਪਰਸਨਲੀ ਮੈਨੂੰ ਟਰਾਲੀ ਦੀ ਜਿੱਦਾਂ ਬੋਡੀ ਸ਼ੇਪ ਬਿਲਕੁਲ ਸਹੀ ਲੱਗੀ, ਟਰੈਕਟਰ ਦੇ ਹਿਸਾਬ ਨਾਲ ਜਮਾਂ ਓਕੇ ਆ। ਬਾਕੀ ਚਲੋ ਲੱਗ ਜੂ ਪਤਾ, 9-11 ਵੀ ਰੇਡੀ ਹੋ ਗਿਆ ਹੈ, ਅਤੇ 2 ਦਿਨ ਵਾਲੀ ਆ ਟਰੈਕਟਰ ਆਪਣੇ ਕੋਲ, ਤੀਜੇ ਦਿਨ ਆਪਾਂ ਇਹ ਵੀ ਕੁਰੀਅਰ ਕਰ ਦੇਣਾ, ਠੀਕ ਹੈ। ਬਾਕੀ ਫਿਰ ਅੱਗੇ ਜਿਹੜੇ ਟਰੈਕਟਰਾਂ ਦੇ ਆਰਡਰ ਨੇ ਉਹ ਕੰਪਲੀਟ ਕਰਨੇ ਆਪਾਂ। ਅਤੇ ਇੱਧਰ ਨਵੇਂ ਸਵਰਾਜ 'ਤੇ ਕੰਮ ਸ਼ੁਰੂ ਹੋ ਗਿਆ, ਟਾਇਰ ਇਹਦੇ ਆਹ ਪਾਏ ਹੋਏ ਨੇ 3 ਲੈਣ ਵਾਲੇ, ਮਿਊਜ਼ਿਕ ਸਿਸਟਮ ਇਹਦਾ ਰੇਡੀ ਹੈ, ਅਤੇ ਬਸ ਅੱਗੇ ਫਿਟਿੰਗ ਕਰਨੀ ਹੈ। ਸਟੀਅਰਿੰਗ ਸਿਸਟਮ 'ਤੇ ਕੰਮ ਚੱਲਣ ਦਿਆ, ਪਾਰਟ ਇਹਦੇ ਪ੍ਰਿੰਟ ਕਰਨੇ ਲਾਏ ਹੋਏ ਨੇ, ਉੱਧਰ ਪਾਰਟ ਪ੍ਰਿੰਟ ਹੋ ਰਹੇ ਨੇ ਆਪਣੇ ਇਸ ਟਰੈਕਟਰ ਦੇ, ਠੀਕ ਹੈ, ਉਹ ਵੀ ਫਿਰ ਦੇਖਦੇ ਹਾਂ। ਪਾਰਟ ਜੇ ਸਾਰੇ ਪ੍ਰਿੰਟ ਹੋ ਗਏ ਨਾ, ਫਿਰ ਤਾਂ ਛੇਤੀ ਵੀ ਇਸ ਟਰੈਕਟਰ ਵੀ ਤੁਹਾਨੂੰ ਮਿਲ ਜੂਗਾ ਵੇਖਣ ਨੂੰ, ਠੀਕ ਹੈ। ਹੁਣ ਇੱਕ ਵਾਰੀ ਇਹਨਾਂ ਟਰੈਕਟਰਾਂ ਦੀ ਕਰਦੇ ਹਾਂ ਅਨਬੋਕਸਿੰਗ, ਡੱਬੇ ਡੁੱਬੇ ਸਾਂਭਾਂਗੇ ਸਾਰੇ, ਅਤੇ ਬਾਹਰ ਵੀਡੀਓ ਸ਼ੂਟ ਕਰਦੇ ਹਾਂ, ਠੀਕ ਹੈ। ਲਓ ਵੀ ਮੁੰਡਿਓ, ਆਹ ਦੇਖੋ ਤੁਸੀਂ ਸੀਨ, ਆ ਰਿਹਾ ਆਪਣਾ ਸਵਰਾਜ, ਅਤੇ ਆ ਰਹੇ ਆਪਣੇ ਸਾਰੇ ਮਾਡਲ, ਠੀਕ ਹੈ, ਅਨਬੋਕਸਿੰਗ ਹੋ ਚੁੱਕੀ ਆ ਸਾਰਿਆਂ ਦੀ। ਸੀਨ ਇੱਦਾਂ ਹੈ ਕਿ ਆਹ ਇੱਧਰ ਚੈੱਕ ਕਰੋ, ਜਿਵੇਂ ਸਵਰਾਜ ਦੀ ਏਜੰਸੀ 'ਚ ਖੜ੍ਹੇ ਹੁੰਦੇ ਨਾ ਸਵਰਾਜ,
ਉਦਾਂ ਇੱਥੇ ਆਪਣੇ ਕੋਲ ਖੜੇ ਹੋਏ ਨੇ ਅਤੇ ਬਸ ਇੱਕ ਇੱਕ ਕਰਕੇ ਨੰਬਰ ਲੱਗਦਾ ਸਾਰੇ ਟਰੇਟਰਾਂ ਦਾ, ਆਖੜਾ ਜੀ ਆਪਣਾ ਪਹਿਲਾ ਅਤੇ ਟੈਸਟਿੰਗ ਵਾਲਾ, ਠੀਕ ਹੈ। ਇਹ ਕੋਸ਼ਿਸ਼ ਕਰਾਂਗਾ ਕਿ ਹਮੇਸ਼ਾ ਮੇਰੇ ਕੋਲ ਹੀ ਰਹੇ ਆ ਟਰੇਟਰ, ਬਾਕੀ ਕੋਸ਼ਿਸ਼ ਹੀ ਰਹੂਗੀ, ਕਨਫਰਮ ਕੁਛ ਨਹੀਂ ਕਹਿੰਦਾ। ਕਈ ਵਾਰੀ ਇੱਦਾਂ ਹੋ ਜਾਂਦਾ ਕਿ ਮਾਡਲ ਹੁੰਦੇ ਨੀਗੇ ਅਤੇ ਬਾਹਲੀ ਮਜਬੂਰੀ ਹੁੰਦੀ, ਉਦੋਂ ਸੇਲ ਕਰਨਾ ਪੈ ਸਕਦਾ ਹੈ, ਨਹੀਂ ਤਾਂ ਜਿੰਨਾ ਚਿਰ ਆਹ ਹੈਗੇ ਨੇ ਉਨਾ ਚਿਰ ਤਾਂ ਕਿਤੇ ਨਹੀਂ ਜਾਂਦਾ ਹੈ, ਠੀਕ ਹੈ। ਅਤੇ ਉਸ ਤੋਂ ਬਾਅਦ ਆ ਫਸਟ ਟਰੇਟਰ ਸੇਲ ਵਾਲਾ ਜਿਹੜਾ, ਇਹਦੇ 'ਤੇ ਕੰਮ ਚੱਲਣ ਦਿਆ। ਇਹਨੂੰ ਮੈਂ ਟਾਇਰ ਆਹ ਪਾਉਣ ਦਿਆਂ ਵਾ, ਚਾਰ ਲੈਣਾ ਵਾਲੇ, ਠੀਕ ਹੈ। ਆਪਦੇ ਵੱਲੋਂ ਮੈਂ ਆਹ ਟਾਇਰ ਪਾਉਂਦੇ ਹਾਂ, ਬਾਕੀ ਚਲੋ ਅੱਗੇ ਦੇਖਾਂਗੇ ਡਿਮਾਂਡ ਦੇ ਹਿਸਾਬ ਨਾਲ, ਜੇ ਡਿਮਾਂਡ ਹੋਈ ਤਾਂ ਆਹ ਟਾਇਰ ਪੈ ਜਾਣਗੇ, ਕੋਈ ਇਸ਼ੂ ਨੀਗਾ। ਅਤੇ ਇਹਨਾਂ ਟਾਇਰਾਂ ਦਾ ਨਾ ਇੱਕ ਸੀਨ ਹੋਰ ਹੈ ਕਿ ਇਹਨੂੰ ਤਾਂ ਮੈਂ ਆਹ ਫਲੈਕਸੀਬਲ ਟਾਇਰ ਪਾਏ ਹੋਏ ਨੇ, ਪਰ ਆਹ ਜਿਹੜੀ ਕੈਟੇਗਰੀ ਦਾ ਟਰੇਟਰ ਹੈ ਨਾ, ਇਹਨੂੰ ਫਰੰਟ 'ਤੇ ਫਲੈਕਸੀਬਲ ਟਾਇਰ ਨਹੀਂ ਪੈਣਗੇ। ਪਿੱਛੇ 'ਤੇ ਆਪਾਂ ਫਲੈਕਸੀਬਲ ਹੀ ਪ੍ਰਿੰਟ ਕਰਾਂਗੇ ਸਾਰਿਆਂ ਵਾਸਤੇ, ਪਰ ਇਹਦੇ ਵਾਸਤੇ ਫਰੰਟ 'ਤੇ ਫਲੈਕਸੀਬਲ ਨਹੀਂ ਕਰਦੇ, ਕਿਉਂਕਿ ਜਿਹੜਾ ਫਲੈਕਸੀਬਲ ਫਿਲਾਮੈਂਟ ਹੈ ਨਾ ਉਹ ਮਹਿੰਗਾ ਹੈ ਸਿੰਪਲ ਨਾਲੋਂ। ਇਸ ਕਰਕੇ ਇਹ ਟਰੇਟਰ 'ਚ ਆਪਾਂ ਫਲੈਕਸੀਬਲ ਫਿਲਾਮੈਂਟ ਨਾਲ ਪ੍ਰਿੰਟ ਕੀਤੇ ਟਾਇਰ ਨਹੀਂ ਪਾ ਸਕਦੇ ਫਰੰਟ 'ਤੇ। ਆਹ ਜਿਵੇਂ ਹੁਣ ਇੱਥੇ ਆ ਦੇਖ ਲਓ, ਇਹਨੂੰ ਪੀ ਐੱਲ ਏ ਨਾਲ ਬਣੇ ਟਾਇਰ ਪਾਏ ਨੇ, ਠੀਕ ਹੈ, ਕਿਉਂਕਿ ਹੁਣ ਤੱਕ ਆਪਾਂ ਪੀ ਐੱਲ ਏ ਵਾਲੇ ਟਾਇਰ ਹੀ ਪਾਉਂਦੇ ਆਪਣੇ ਸਾਰੇ ਟਰੇਟਰਾਂ ਨੂੰ, ਫਲੈਕਸੀਬਲ ਟਾਇਰ ਪੈਣਗੇ ਇਸ ਕੈਟੇਗਰੀ ਦੇ ਟਰੇਟਰ ਨੂੰ, ਠੀਕ ਹੈ। ਵੀ ਅਜੇ ਛਤਰੀ ਨਹੀਂ ਲੱਗੀ, ਮੈਨੂੰ ਆਦਤ ਹੈ ਛਤਰੀ ਤੋਂ ਚੱਕਣ ਦੀ, ਵੀ ਇਸ ਕੈਟੇਗਰੀ ਦੇ ਟਰੈਕਟਰ ਨੂੰ ਪੈਣਗੇ ਫਲੈਕਸੀਬਲ ਟਾਇਰ, ਠੀਕ ਹੈ, ਫਲੈਕਸੀਬਲ ਫਿਲਾਮੈਂਟ ਤਾਂ ਬਣੇ ਟਾਇਰ ਆ ਦੇਖੋ। ਬਾਕੀ ਇਸ ਕੈਟੇਗਰੀ ਦੇ ਆਪਣੇ ਕੋਲ ਲਗਭਗ 5-6 ਔਰਡਰ ਆ ਗਏ ਨੇ, ਸਵਰਾਜ ਦੇ ਵੀ ਅਤੇ ਨਾਟ 11 ਦੇ ਵੀ। ਅਤੇ ਉਹਦੇ ਵਾਸਤੇ ਨਾ ਕੁਛ ਕੁ ਸਮਾਨ ਹੈ ਜ਼ਰੂਰੀ, ਇੱਕ ਤਾਂ ਰਿਮੋਟ ਹੋ ਗਿਆ, ਆਪਣੇ ਕੋਲ ਰਿਮੋਟ ਹੈ ਨਹੀਂ ਸਟੋਕ 'ਚ, ਆ ਦੋ ਹੀ ਰਿਮੋਟ ਸੀਗੇ, ਉਹਨਾਂ 'ਚੋਂ ਇੱਕ 9-11 ਨਾਲ ਤੁਰ ਜਾਣਾ ਕੱਲ੍ਹ ਜਾਂ ਪਰਸੋਂ, ਇੱਕ ਬਚੂਗਾ ਉਹ ਆਪਣੇ ਅਰਜਣ ਵਾਸਤੇ ਆ, ਅਤੇ ਉਹ ਫਿਰ ਆਪਣਾ ਪਰਸਨਲ ਆ, ਬਾਕੀ ਚਲੋ ਦੇਖਦੇ ਹਾਂ ਹਿਸਾਬ ਕਿਤਾਬ ਲਾਉਂਦੇ ਹਾਂ। ਪਰ ਫਿਰ ਵੀ ਸਰਨਾ ਨਹੀਂ ਆਪਣਾ, ਕਿਉਂਕਿ 4-5 ਟਰੇਟਰਾਂ ਦੇ ਔਰਡਰ ਨੇ ਅਤੇ ਆਪਾਂ ਨੂੰ ਸਮਾਨ ਮੰਗਾਉਣਾ ਹੀ ਪੈਣਾ। ਹੁਣ ਰਿਮੋਟ ਹੋਣ 'ਚ ਟਾਈਮ ਪਤਾ ਨਹੀਂ ਕਿੰਨਾ ਕੁ ਲੱਗਦਾ, ਮੈਂ ਦੇਖਦਾ ਚਲੋ ਕੀ ਪ੍ਰਾਈਜ਼ ਵਗੈਰਾ ਕੀ ਆ ਅਤੇ ਕੀ ਸੀਨ ਚੱਲਣ ਦਿਆ। ਬਾਕੀ ਸਵਰਾਜ ਜਿਹੜਾ ਬਣਾਉਣਾ ਨਾ ਇਸ ਕੈਟੇਗਰੀ 'ਚ, ਇਸ ਕੈਟੇਗਰੀ ਜਿਹੜਾ ਸਵਰਾਜ ਬਣਨਾ, ਉਹ ਥੋੜ੍ਹਾ ਜਿਹਾ ਡਿਫਰੈਂਟ ਹੋਊਗਾ ਇਹਦੇ ਨਾਲੋਂ, ਥੋੜ੍ਹਾ ਜਿਹਾ ਮਤਲਬ ਟਾਇਰ ਦਾ ਥੋੜ੍ਹਾ ਜਿਹਾ ਮੈਂ ਫਰਕ ਪਾਵਾਂਗਾ, ਸਾਈਜ਼ ਥੋੜ੍ਹਾ ਜਿਹਾ ਵੱਡਾ ਕਰਾਂਗਾ ਟਾਇਰਾਂ ਦਾ, ਠੀਕ ਹੈ। ਬਾਕੀ ਓਵਰਆਲ ਸਾਰਾ ਸੇਮ ਹੀ ਰਹੂਗਾ ਉੱਦਾਂ ਦਾ ਹੀ। ਹੁਣ ਆਹ ਕੈਟੇਗਰੀ ਹੈ ਅਤੇ ਆਹ ਕੈਟੇਗਰੀ ਹੈ, ਜਿਵੇਂ ਇਹਨਾਂ ਦੋਵਾਂ ਕੈਟੇਗਰੀਆਂ 'ਚ ਕੋਈ ਬਾਹਲਾ ਜ਼ਿਆਦਾ ਫਰਕ ਨਹੀਂ ਹੈ, ਜੇ ਮੈਂ ਕਹਾਂ ਵੀ ਦਿਨ ਰਾਤ ਦਾ ਫਰਕ ਹੈ ਵੀ ਇਹਦੇ 'ਚ ਡਿਫਰੈਂਸ਼ੀਅਲ ਹੈ, ਉਹਦੇ 'ਚ ਕੁਛ ਵੀ ਹੈ ਨੀਗਾ, ਸਿਰਫ ਮੇਨ ਫਰਕ ਹੈ ਰਿਮੋਟ ਦਾ, ਸਰਵੋ ਲੱਗੀ ਹੋਈ ਹੈ ਇਹਦੇ ਵਿੱਚ, ESC ਹੈਗੀ ਹੈ, ਇਲੈਕਟ੍ਰੋਨਿਕ ਸਪੀਡ ਕੰਟਰੋਲਰ ਹੈ, ਵੀ ਆਪਾਂ ਆਪਦੇ ਹਿਸਾਬ ਨਾਲ ਸਪੀਡ ਕੰਟਰੋਲ ਕਰ ਸਕਦੇ ਹਾਂ। ਇਹਦੇ 'ਚ ਮੋਟਰ ਵੱਡੀ ਲੱਗੀ ਹੋਈ ਹੈ ਅਤੇ ਗੇਅਰਬੋਕਸ ਸੇਮ ਹੀ ਆ ਦੋਵਾਂ ਦਾ, ਠੀਕ ਹੈ, ਗੇਅਰਬੋਕਸ 'ਚ ਕੋਈ ਫਰਕ ਨਹੀਂ ਆ, ਮੋਟਰ ਦਾ ਫਰਕ ਹੈ ਬਸ, ਇਸ ਕਰਕੇ ਪਾਵਰ ਇਹਦੇ 'ਚ ਬਹੁਤ ਜ਼ਿਆਦਾ ਹੈ। ਬਸ ਇਹਨਾਂ ਦੋਵਾਂ ਕੈਟੇਗਰੀਆਂ 'ਚ ਨਾ ਇੰਨਾ ਹੀ ਫਰਕ ਹੈ, ਬਾਕੀ ਪ੍ਰਾਈਜ਼ ਦੇ ਹਿਸਾਬ ਨਾਲ ਆਪਦੀ ਜਗ੍ਹਾ 'ਤੇ ਸਿਰਾ ਹੈ ਅਤੇ ਉਹ ਆਪਦੀ ਜਗ੍ਹਾ 'ਤੇ ਜਮ੍ਹਾਂ ਸਿਰਾ ਹੈ, ਠੀਕ ਹੈ। ਮੌਕੇ 'ਤੇ ਨਾ ਇੱਧਰ ਕੰਮ ਚੱਲ ਰਿਹਾ ਜੰਗੀ ਪੱਧਰ 'ਤੇ, ਮੈਂ ਪ੍ਰਿੰਟਰ 1 ਮਿੰਟ ਵੀ ਰੁਕਣ ਨਹੀਂ ਦੇਣ ਦਿਆ। ਇੱਧਰ ਮਿਊਜ਼ਿਕ ਸਿਸਟਮ ਪ੍ਰਿੰਟ ਹੋ ਰਹੇ ਨੇ ਆਪਣੇ ਸਵਰਾਜ ਦੇ, ਮੈਨੂੰ ਇਹ ਹੈ ਕਿ ਆਪਣੇ ਕੋਲ 10 ਪੀਸ ਨੇ ਸਵਰਾਜ ਦੇ ਅਤੇ 10 ਪੀਸ ਮੈਂ ਤਿਆਰ ਕਰਦਾ ਮਿਊਜ਼ਿਕ ਸਿਸਟਮ ਦੇ ਵੀ, ਠੀਕ ਹੈ। ਇੱਕ ਉਹਨੂੰ ਲੱਗਾ ਹੋਇਆ, ਇੱਕ ਇਹਦੇ ਲਈ ਤਿਆਰ ਹੋ ਗਿਆ, ਇੱਕ ਆਹ ਪ੍ਰਿੰਟ ਹੋਇਆ ਪਿਆ, ਚੌਥਾ ਇੱਥੇ ਪ੍ਰਿੰਟ ਹੋ ਰਿਹਾ ਹੈ। ਅਤੇ ਇੱਧਰ ਸੇਮ ਨਾਲ ਦੀ ਨਾਲ ਹੀ ਮਿਊਜ਼ਿਕ ਸਿਸਟਮ ਦੇ ਜਿਹੜੇ ਸਪੀਕਰ ਨੇ ਉਹ ਵੀ ਪ੍ਰਿੰਟ ਕਰਨੇ ਲਾਏ ਹੋਏ ਨੇ, ਉਹ ਵੀ ਪ੍ਰਿੰਟ ਹੋ ਰਹੇ ਨੇ। ਆਪਣੇ ਏਸ ਦੇ ਪਾਰਟ ਨੇ, 5 ਏਸ ਟਰੈਕਟਰਾਂ ਦੇ ਪਾਰਟ ਵੀ ਮੈਂ ਰੇਡੀ ਕਰਤੇ ਨੇ, ਸਟੀਅਰਿੰਗ ਸਟੂਰਿੰਗ ਸਾਰਾ ਕੁਛ, ਹਾਲਾਂਕਿ ਏਸ ਭਾਵੇਂ 5 ਬੰਨਣਾ ਪਰ ਪਾਰਟ ਮੈਂ ਸਾਰੇ ਰੇਡੀ ਕਰਤੇ ਨੇ ਏਸ ਦੇ। ਇਸ ਦੇ ਆਲਮੋਸਟ ਸਾਰੇ ਪਾਰਟ ਰੇਡੀ ਨੇ, ਸਟੀਅਰਿੰਗ ਵਾਲੀ ਮੋਟਰ ਦੇ ਪਾਰਟ ਨੇ ਉਹ ਥੋੜ੍ਹੇ ਜਿਹੇ ਪੈਂਡਿੰਗ ਚੱਲਣ ਦੇਣੇ, ਉਹ ਤਾਂ ਚਲੋ ਸਾਰਿਆਂ ਦੀ ਪੈਂਡਿੰਗ ਚੱਲਣ ਦੇਣੇ, ਆਪਣੇ ਆਹ ਸਵਰਾਜ ਦੇ ਵੀ ਪੈਂਡਿੰਗ ਚੱਲਣ ਦੇਣੇ। ਅਤੇ ਟਰਾਲੀ ਦੀ ਟੈਸਟਿੰਗ ਵੈਸੇ ਮੈਂ ਕਰਨੀ ਸੀ ਪਰ ਮੌਕੇ 'ਤੇ ਹੁਣ ਕੀਤੀ ਨਹੀਂ, ਸਵੇਰੇ ਕਰਦਾ ਮੈਂ, ਪਣ ਤਾਂ ਮੇਰਾ ਅੱਜ ਹੀ ਕਰਨ ਦਿਆ ਸੀ ਕਿ ਹੁਣੇ ਇਹਦੀ ਟੈਸਟਿੰਗ ਕਰਕੇ ਇਹਨੂੰ ਇੱਕ ਪਾਸੇ ਲਾਈਏ, ਪਰ ਆਪਾਂ ਨੂੰ ਪਹਿਲਾਂ ਮੈਂ ਜਾਣਾ ਪੈ ਗਿਆ, ਉਹ ਚੱਕਰ ਆ ਨਾ, ਫਿਰ ਇਹ ਕੰਮ ਆਪਾਂ ਕੈਂਸਲ ਕਰਤਾ। ਕੋਈ ਨਹੀਂ, ਸਵੇਰੇ ਕਰ ਲਾਂਗੇ ਟੈਸਟਿੰਗ ਆਪਾਂ, ਟਰਾਲੀ ਜਮ੍ਹਾਂ ਓਕੇ ਆ ਜਿੱਥੋਂ ਤੱਕ ਮੈਨੂੰ ਲੱਗਣ ਦਿਆ। ਬਾਕੀ ਫੋਟੋਆਂ ਇਹਦੀਆਂ ਖਿੱਚਣੀਆਂ ਮੈਂ ਦੇਖਦਾ ਵਾਂ, ਅੱਜ ਜਾਂ ਕੱਲ੍ਹ ਅਪਲੋਡ ਕਰ ਦੇਣਾ ਫੋਟੋਆਂ,
ਤੇ ਫਿਰ ਰਿਸਪੋਂਸ ਵਗੈਰਾ ਪਤਾ ਲੱਗ ਜੂਗਾ ਡਿਮਾਂਡ ਦੇ ਹਿਸਾਬ ਨਾਲ ਕੀ ਹੈ। ਜੇ ਤਾਂ ਇਹਦੀ ਡਿਮਾਂਡ ਹੋਈ ਨਾ ਠੀਕ ਟਰਾਲੀ ਦੀ, ਫਿਰ ਅੱਗੇ ਆਉਣ ਵਾਲੇ ਟਾਈਮ 'ਚ ਇਹਦੇ 'ਚ ਹੋਰ ਸੁਧਾਰ ਕਰਾਂਗਾ ਮੈਂ, ਠੀਕ ਹੈ। ਕੈਟੇਗਰੀਆਂ ਵੀ ਕੱਢਾਂਗਾ, ਲਿਫਟ ਵਾਲੀ ਵੀ ਕੱਢਾਂਗਾ, ਸਿੰਪਲ ਹੱਥ ਨਾਲ ਚੱਕਣ ਵਾਲੀ, ਠੀਕ ਹੈ। ਅਤੇ ਡੰਪਰ ਵੀ ਬਣਾਵਾਂਗੇ, ਡੰਪਰ ਮਤਲਬ ਵੀ ਉਹਦਾ ਵੇਟ ਥੋੜ੍ਹਾ ਜਿਹਾ ਉੱਚਾ ਹੁੰਦਾ। ਬਾਕੀ ਆਹ ਜਿਹੜੀ ਤਾਂ ਪਹਿਲੀ ਟੈਸਟਿੰਗ ਸੀ, ਇਹਦੇ ਵਿੱਚ ਥੋੜ੍ਹੀਆਂ ਜਿਹੀਆਂ ਕਮੀਆਂ ਵੀ ਰਹਿ ਗਈਆਂ, ਜਿਵੇਂ ਇੱਥੇ ਡਹੀ ਨਹੀਂ ਲੱਗੀ ਆਪਣੇ ਤੋਂ, ਡਹੀ ਰਹਿ ਗਈ ਇੱਕ ਮੇਨ। ਹੁਣ ਅੱਗੇ ਜਿਹੜਾ ਡਿਜ਼ਾਇਨ ਕਰਨਾ ਨਾ, ਉਹਦੇ ਵਿੱਚ ਡਹੀ ਬਣਾਵਾਂਗੇ ਆਪਾਂ, ਠੀਕ ਹੈ। ਕੋਈ ਨਹੀਂ, ਹੌਲੀ ਹੌਲੀ ਚੱਲੀ ਜਾਂਦਾ ਕੰਮ ਮੱਠਾ ਮੱਠਾ। ਅਤੇ ਉਸ ਦੇ ਨਾਲ ਆਇਲਾਂ ਵੱਧ ਸਮਾਨ ਲੈ ਕੇ ਆਇਆ ਮੈਂ। ਇੱਕ ਤਾਂ ਲੈ ਕੇ ਆਇਆ ਅਡੈਪਟਰ ਆਪਣੇ ਇਹਦੇ ਵਾਸਤੇ, ਟਰੇਟਰ ਵਾਸਤੇ। ਆਹ ਜਿਹੜਾ ਟਰੇਟਰ ਹੈ ਨਾ, ਇਹਦੇ ਵਿੱਚ ਬੈਟਰੀ 7.4 ਵੋਲਟ ਦੀ ਹੈ, ਅਤੇ ਉਹਨੂੰ ਚਾਰਜ ਕਰਨ ਵਾਸਤੇ ਫਿਰ ਚਾਰਜਰ ਬਣਾਉਣਾ ਪਊਗਾ ਆਪਾਂ ਨੂੰ ਆਪ। ਅਤੇ ਮੌਕੇ 'ਤੇ ਅਡੈਪਟਰ ਵੇਖੋ, 9 ਵੋਲਟ 1 ਅੰਪੇਅਰ ਦਾ ਅਡੈਪਟਰ ਹੈ, ਪਾਵਰ ਬਿਲਕੁਲ ਸਹੀ ਹੈ। ਪਰ ਗੱਲ ਇਹ ਹੈ ਕਿ 9 ਵੋਲਟ 'ਤੇ ਆਪਾਂ ਚਾਰਜ ਕਰ ਨਹੀਂ ਸਕਦੇ ਇਹਦੀ ਬੈਟਰੀ, ਨਹੀਂ ਤਾਂ ਬੈਟਰੀ ਖਰਾਬ ਹੋ ਜੂਗੀ ਛੇਤੀ ਛੇਤੀ, ਛੱਡੋ ਨਾਲ ਦੀ ਨਾਲ ਹੀ ਖਰਾਬ ਹੋ ਜੂਗੀ। ਵੀ 7.4 ਵੋਲਟ ਦੀ ਬੈਟਰੀ ਨੂੰ ਜੇ ਆਪਾਂ 9 ਵੋਲਟ ਦਾਂਗੇ ਤਾਂ ਖਰਾਬ ਹੋ ਜੂਗੀ। ਅਤੇ ਇਹਦੇ ਵੋਲਟੇਜ ਕੰਟਰੋਲ ਕਰਨੇ ਪੈਣੇ ਆ ਮੈਨੂੰ, ਉਹਦੀ ਸੈਟਿੰਗ ਵਗੈਰਾ ਕਰਦਾ ਮੈਂ ਸਾਰੀ, ਅਤੇ ਪ੍ਰੋਪਰ ਇੱਕ ਚਾਰਜਰ ਤਿਆਰ ਕਰ ਦਿੰਦੇ ਹਾਂ, ਠੀਕ ਹੈ। ਟੈਸਟਿੰਗ ਵਗੈਰਾ ਵੀ ਕਰਾਂਗੇ, ਵੈਸੇ ਤਾਂ ਇਹ ਕੰਮ ਆਪਾਂ ਦੇਖਦੇ ਹਾਂ ਸਵੇਰੇ ਕਰਾਂਗੇ, ਹੁਣ ਨਹੀਂ ਹੁੰਦਾ, ਇਹ ਕੰਮ ਆਪਾਂ ਸਵੇਰੇ ਕਰਦੇ ਹਾਂ। ਲਓ ਵੀ ਮੁੰਡਿਓ, ਮੌਕੇ ਦਾ ਸੀਨ ਇੱਦਾਂ ਕਿ ਟਾਈਮ ਚੈੱਕ ਕਰੋ ਤੁਸੀਂ, 12 ਵੱਜਣ ਵਾਲੇ ਨੇ, ਅਤੇ ਪ੍ਰਿੰਟਰ ਹਜੇ ਵੀ ਚੱਲਣ ਦਾ ਨੇ। ਅੱਜ ਮੈਨੂੰ ਲੱਗਦਾ ਤੀਜਾ ਦੇਣਾ ਜਾਂ ਤੀਜਾ ਦਿਨ ਸਟਾਰਟ ਹੋ ਜਾਣਾ, ਬਸ ਅੱਧੇ ਘੰਟੇ ਤੱਕ ਪ੍ਰਿੰਟਰ ਆਪਣੇ ਲਗਾਤਾਰ ਚੱਲਣ ਦੇਣ। ਅਤੇ ਮੌਕੇ 'ਤੇ ਇੱਥੇ ਮੈਂ ਬੈਂਡ ਪ੍ਰਿੰਟ ਕਰਨੇ ਲਾਏ ਹੋਏ ਨੇ 9-11 ਵਾਸਤੇ, ਅਤੇ ਉਸਦੇ ਨਾਲ ਹੀ 6 ਪੀਸੇ 'ਤੇ ਸਲੈਂਸਰ ਵੀ ਪ੍ਰਿੰਟ ਕਰਨੇ ਲਾਏ ਹੋਏ ਨੇ। ਪਹਿਲਾਂ ਇੱਕ ਸਲੈਂਸਰ ਪ੍ਰਿੰਟ ਕੀਤਾ ਸੀਗਾ, ਆਹ ਦੇਖੋ ਇਸ ਪ੍ਰਿੰਟਰ 'ਤੇ ਕੀਤਾ ਸੀ, ਅਤੇ ਕੁਆਲਿਟੀ ਨਾ ਬਹੁਤ ਹੀ ਖਰਾਬ ਸੀਗੀ ਆਹ ਦੇਖੋ। ਅਤੇ ਹੁਣ ਪੂਰੀ ਹਾਈ ਕੁਆਲਿਟੀ 'ਚ ਆ ਨਵੇਂ ਪ੍ਰਿੰਟਰ 'ਤੇ ਪ੍ਰਿੰਟ ਕਰਨੇ ਲਾਏ ਹੋਏ ਨੇ। ਇਹ ਪ੍ਰਿੰਟ ਹੁੰਦੇ ਨੇ, ਇਸ ਤੋਂ ਬਾਅਦ ਅੱਗੇ ਦੇ ਪਾਰਟ ਜਿਹੜੇ ਆ ਉਹ ਪ੍ਰਿੰਟ ਕਰਨੇ ਲਾ ਦਾਂਗੇ, ਕਿ ਪ੍ਰਿੰਟਰ ਨੂੰ ਚੱਲਦਾ ਛੱਡ ਦਾਂਗੇ ਫਿਰ ਆਪਾਂ, ਠੀਕ ਹੈ। ਇਹਦੇ ਉੱਤੇ ਮੈਂ ਦੇਖਦਾ ਵਾਂ ਮਿਊਜ਼ਿਕ ਸਿਸਟਮ ਪ੍ਰਿੰਟ ਕਰਨਾ ਲਾ ਦੂੰਗਾ, ਇਹਦੇ ਨਾਲ ਦਾ ਸਵਰਾਜ ਦਾ ਹੀ। ਅਤੇ ਇਹਦੇ ਉੱਤੇ ਵੀ ਕੁਛ ਨਾ ਕੁਛ ਇੱਦਾਂ ਦੀ ਕੋਈ ਚੀਜ਼ ਜਿਹੜੀ ਜਿਵੇਂ 4-5 ਘੰਟੇ ਲਵੇ ਪ੍ਰਿੰਟ ਹੋਣ 'ਚ, ਤਾਂ ਕਿ ਸਵੇਰੇ ਉੱਠ ਕੇ ਫਿਰ ਆਪਾਂ ਦੁਬਾਰਾ ਪ੍ਰਿੰਟਰ ਨੂੰ ਚਲਾ ਸਕੀਏ, ਉਹ ਲਾ ਦਾਂਗਾ। ਅਤੇ ਫਿਲਾਮੈਂਟ ਵੀ ਦੇਖਣਾ ਪੈਣਾ, ਫਿਲਾਮੈਂਟ ਵੀ ਕਿਨਾਰੇ 'ਤੇ ਆਇਆ ਪਿਆ। ਆ ਇੱਕ ਹੀ ਰੋਲ ਮੰਗਵਾਇਆ ਸੀ 1 ਕਿਲੋ ਦਾ, ਅਤੇ ਮੈਨੂੰ ਲੱਗਦਾ ਫਿਲਾਮੈਂਟ ਹੋਰ ਮੰਗਵਾਉਣਾ ਪੈਣਾ। ਹੁਣ ਮੈਂ ਦੇਖਦਾ ਵਾਂ ਐਡਵਾਂਸ 'ਚ ਨਾ 10 ਕਿਲੋ ਫਿਲਾਮੈਂਟ ਮੰਗਵਾਉਂਦਾ ਵਾਂ, ਫਿਲਾਮੈਂਟ ਆ ਖਤਮ ਹੋਣ ਵਾਲਾ, ਬਸ ਥੋੜ੍ਹਾ ਚਿਰ ਕੱਢੂਗਾ। ਚਲੋ ਕੋਈ ਨਹੀਂ, ਦੇਖਦੇ ਹਾਂ ਕੀ ਬਣਦਾ। ਅਤੇ ਮੌਕੇ 'ਤੇ ਨਾ ਆਹ ਵਲੋਗ ਮੈਂ ਕਰਦਾ ਸਵੇਰੇ ਐਂਡ, ਠੀਕ ਹੈ, ਕਿਉਂਕਿ ਸਵੇਰੇ ਐਡੀਟਿੰਗ ਲੇਟ ਹੀ ਕਰਨੀ ਹੁੰਦੀ ਆਪਾਂ, ਅਤੇ ਵਲੋਗ ਵੀ ਨਾ ਸਵੇਰੇ ਐਂਡ ਕਰਾਂਗੇ। ਮੈਂ ਜਸਟ ਹੁਣ ਜੇ ਇੱਥੇ ਕਮੈਂਟ ਪੜ੍ਹਨ ਦਿਆ ਸੀਗਾ ਟਰਾਲੀ ਤੋਂ ਰਿਲੇਟਡ, ਇੱਕ ਵਾਰੀ ਨੇ ਕਮੈਂਟ ਕੀਤਾ ਸੀ ਕਿ ਟਰਾਲੀ ਦੇ ਟਾਇਰ ਨਾ ਥੋੜ੍ਹੇ ਜਿਹੇ ਪਿੱਛੇ ਨੇ, ਵੀ ਸੈਂਟਰ ਤੋਂ ਥੋੜ੍ਹੇ ਜਿਹੇ ਪਿੱਛੇ ਰੱਖੋ। ਵੈਸੇ ਜੇ ਵੇਖਿਆ ਜਾਵੇ ਟਰਾਲੀ ਦੇ ਟਾਇਰ ਬਿਲਕੁਲ ਸਹੀ ਨੇ, ਮੈਂ ਆਪਦੇ ਹਿਸਾਬ ਨਾਲ ਵੀ ਜਿਹੜੀ ਮੇਰੀ ਕੈਲਕੂਲੇਸ਼ਨ ਸੀਗੀ, ਕਿਉਂਕਿ ਇਸ ਤੋਂ ਪਹਿਲਾਂ ਨਾ ਮੈਂ ਉਹਨਾਂ ਟਰਾਲੀਆਂ ਦੇ ਵਿੱਚ ਪੰਗਾ ਲਿਆ ਸੀਗਾ ਵੀ ਟਾਇਰ ਥੋੜ੍ਹੇ ਜਿਹੇ ਸੈਂਟਰ 'ਚ ਰੱਖੇ ਸੀ, ਅਤੇ ਨਾ ਪ੍ਰੋਬਲਮ ਆਉਂਦੀ ਹੈ, ਵੱਡੀਆਂ ਟਰਾਲੀਆਂ 'ਚ ਨਹੀਂ ਆਉਂਦੀ ਪਰ ਇਹਨਾਂ ਟਰਾਲੀਆਂ 'ਚ ਪ੍ਰੋਬਲਮ ਆਉਂਦੀ ਹੈ। ਟਰੈਕਟਰ ਇਹਨਾਂ ਜਿਹੜਾ ਉਹ ਪ੍ਰੋਪਰ ਜ਼ੋਰ ਨਹੀਂ ਮਾਰਦਾ, ਜਿੰਨੇ ਟਾਇਰ ਪਿੱਛੇ ਹੋਣਗੇ ਟਰਾਲੀ 'ਤੇ ਟਰਾਲੀ ਉਨਾ ਜ਼ਿਆਦਾ ਲੋਡ ਦਊਗੀ ਟਰੇਟਰ ਦੀ ਹੁੱਕ 'ਤੇ, ਫਿਰ ਟਰੇਟਰ ਦੇ ਜਿਹੜੇ ਟਾਇਰ ਨੇ ਉਹ ਸਲਿੱਪ ਘੱਟ ਕੱਢਣਗੇ ਅਤੇ ਪਾਵਰ ਜ਼ਿਆਦਾ ਮਾਰਨਗੇ, ਠੀਕ ਹੈ। ਆਹ ਇੱਕ ਰੀਜ਼ਨ ਹੁੰਦਾ, ਇਸ ਕਰਕੇ ਮੈਂ ਟਾਇਰ ਥੋੜ੍ਹੇ ਜਿਹੇ ਪਿੱਛੇ ਰੱਖੇ ਨੇ, ਜ਼ਿਆਦਾ ਨਹੀਂ ਗੇ ਪਰ ਥੋੜ੍ਹੇ ਜਿਹੇ ਟਾਇਰ ਪਿੱਛੇ ਹੈਗੇ ਨੇ, ਠੀਕ ਹੈ। ਓਵਰਆਲ ਟਰਾਲੀ ਸਹੀ ਆ ਮੇਰੇ ਹਿਸਾਬ ਨਾਲ, ਬਾਕੀ ਚਲੋ ਨਵੇਂ ਜਦੋਂ ਬਣਾਵਾਂਗੇ ਉਦੋਂ ਦੇਖ ਲਾਂਗੇ, ਜੇ ਕੋਈ 10 mm ਦਾ ਫਰਕ ਪਾਉਣਾ ਵੀ ਹੋਇਆ ਤਾਂ 10 mm ਅੱਗੇ ਕਰ ਲਾਂਗੇ ਟਾਇਰ। ਬਾਕੀ ਜਿੰਨਾ ਚਿਰ ਇਹਦੀ ਟੈਸਟਿੰਗ ਨਹੀਂ ਹੁੰਦੀ ਉਨਾ ਚਿਰ ਹਜੇ ਆਪਾਂ ਕੁਛ ਨਹੀਂ ਕਹਿ ਸਕਦੇ, ਸਵੇਰੇ ਇਹਦੀ ਟੈਸਟਿੰਗ ਕਰਦੇ ਆਪਾਂ।
ਠੀਕ ਹੈ, ਦੇਖ ਲੈਂਦੇ ਹਾਂ ਮਹਿੰਦਰੇ ਨਾਲ ਕਰ ਲਾਂਗੇ, ਨਹੀਂ ਤਾਂ ਸਵੇਰੇ ਮੈਂ ਕੋਸ਼ਿਸ਼ ਕਰਾਂਗਾ ਕਿ ਸਵਰਾਜ ਰੈਡੀ ਹੋ ਜਾਵੇ। ਅਤੇ ਸਵਰਾਜ ਦੇ ਸਟੇਅਰਿੰਗ 'ਤੇ ਕੰਮ ਸ਼ੁਰੂ ਕੀਤਾ ਹੋਇਆ, ਆਹ ਦੇਖੋ ਕਟਿੰਗ ਵਗੈਰਾ ਕਰਨ ਦਿਆ ਸੀ ਮੈਂ, ਅਤੇ ਇਹਦੇ ਵਾਸਤੇ ਕੁਛ ਪਾਰਟ ਨੇ ਜਿਹੜੇ ਪ੍ਰਿੰਟ ਕਰਨੇ ਪੈਣੇ ਨੇ, ਅਤੇ ਬਸ ਫਿਰ ਇੱਧਰ ਪ੍ਰਿੰਟ ਕਰਨੇ ਲਾਉਂਦੇ ਹਾਂ ਆਪਾਂ ਹੁਣੇ ਕੋ। ਆਹ ਪਾਰਟ ਪ੍ਰਿੰਟ ਹੋ ਜਾਂਦਾ ਮੇਰੇ ਹਿਸਾਬ ਨਾਲ, ਛੇਤੀ ਪ੍ਰਿੰਟ ਹੋ ਜੂਗਾ, ਇਹਨੂੰ ਹਜੇ ਟਾਈਮ ਲੱਗਣਾ, ਨਹੀਂ ਮੈਨੂੰ ਲੱਗਦਾ ਛੇਤੀ ਪ੍ਰਿੰਟ ਹੋ ਜੂ, ਇਹਨੂੰ ਟਾਈਮ ਲੱਗਣਾ ਹਜੇ। ਚਲੋ ਜਿਹੜਾ ਵੀ ਪ੍ਰਿੰਟਰ ਪਹਿਲਾਂ ਪ੍ਰਿੰਟ ਕਰ ਦੂਗਾ ਉਹਦੇ 'ਤੇ ਪਾਰਟ ਆਪਾਂ ਪ੍ਰਿੰਟ ਕਰਨੇ ਲਾ ਦਾਂਗੇ। ਲਓ ਵੀ ਮੁੜਿਓ ਨੈਕਸਟ ਡੇ ਵਲੋਗ ਮੈਂ ਕਰਨ ਲੱਗਾ ਐਂਡ ਬਸ, ਅਤੇ ਐਡਿਟ ਕਰਨ ਲੱਗਾ ਸੀ ਫਿਰ ਮੈਨੂੰ ਯਾਦ ਆਇਆ ਵਲੋਗ 'ਤੇ ਹਜੇ ਐਂਡ ਕੀਤਾ ਹੀ ਨਹੀਂ ਗਾ ਜਿਹੜਾ। ਅਤੇ ਸੀਨ ਇੱਦਾਂ ਕਿ ਆ ਇੱਧਰ ਦੇਖੋ ਇਸ ਟਰੈਕਟਰ 'ਤੇ ਵੀ ਕੰਮ ਆਪਾਂ ਸ਼ੁਰੂ ਕਰਤਾ ਹੈ, ਟਾਇਰ ਟੂਰ ਖੋਲ੍ਹਦੇ ਹਾਂ, ਇਹਦੇ ਸਟੀਅਰਿੰਗ ਸਿਸਟਮ ਜਿਹੜਾ ਹੈ, ਮੋਟਰ ਵਗੈਰਾ ਉਹਦੇ 'ਤੇ ਇੱਥੇ ਕੰਮ ਸ਼ੁਰੂ ਕੀਤਾ ਹੋਇਆ, ਪਾਰਟਸ 'ਤੇ ਪ੍ਰਿੰਟ ਹੋ ਰਹੇ ਨੇ ਸੈਂਟਰ ਪਿੰਨ ਦੇ, ਆਹ ਸਟੀਅਰਿੰਗ ਵਾਲੀ ਆਰਮ ਹੈ ਇਹਦੀ ਉਹ ਵੀ ਪ੍ਰਿੰਟ ਹੋ ਰਹੀ ਹੈ, ਠੀਕ ਹੈ, ਯਾਨੀ ਕੰਮ ਚੱਲਣ ਦਿਆ ਮੁੱਕਦੀ ਗੱਲ ਇੱਥੇ ਆ। ਅੱਜ ਮੈਂ ਕੋਸ਼ਿਸ਼ ਕਰਾਂਗਾ ਕਿ ਆਪਣਾ ਸਵਰਾਜ ਹੈ ਨਾ ਜਿਹੜਾ ਉਹਨੂੰ ਕਰ ਸਕੀਏ ਕੰਪਲੀਟ, ਠੀਕ ਹੈ, ਕੋਸ਼ਿਸ਼ ਤਾਂ ਮੇਰੀ ਇਹੀ ਰਹੂਗੀ, ਬਾਕੀ ਅੱਜ ਮਤਲਬ ਵੀ ਨੈਕਸਟ ਵਲੋਗ 'ਚ, ਬਾਕੀ ਚਲੋ ਪਤਾ ਲੱਗ ਜੂ ਨੈਕਸਟ ਵਲੋਗ ਤੁਹਾਨੂੰ। ਅਤੇ ਚਲੋ ਫਿਰ ਠੀਕ ਹੈ, ਆਹ ਵਲੋਗ ਆਪਾਂ ਕਰਦੇ ਹਾਂ ਇੱਥੇ ਐਂਡ। ਵਲੋਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ, ਜਿਹੜੇ ਮੇਰੇ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ, ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ। ਅਤੇ ਬਾਕੀ ਨਾ ਮੈਂ ਵਟਸਐਪ ਨੰਬਰ ਇਸ ਵਲੋਗ 'ਚ ਵੀ ਐਡ ਕਰਦਾਂਗਾ, ਜੇ ਕਿਸੇ ਨੇ ਔਡਰ ਕਰਨਾ ਅਤੇ ਟਰੈਕਟਰ ਔਡਰ ਕਰ ਸਕਦਾ ਸਵਰਾਜ ਵੀ, ਅਤੇ ਹੋ ਸਕਦਾ ਜਿੰਨੇ ਦਿਨ ਉਹ ਵਲੋਗ ਪਬਲਿਕ ਹੋਣਾ ਮੈਂ ਫੋਟੋ ਵਗੈਰਾ ਅਪਲੋਡ ਕਰਦਾ, ਜਾਂ ਹੋ ਸਕਦਾ ਇੱਕ ਦੋ ਦਿਨਾਂ 'ਚ ਅਪਲੋਡ ਹੋ ਜਾਣ, ਠੀਕ ਹੈ, ਸਵਰਾਜ ਦੀ ਵੀ ਅਤੇ ਟਰਾਲੀ ਦੀ ਵੀ ਇਹਨਾਂ ਦੀਆਂ ਫੋਟੋਆਂ ਅਪਲੋਡ ਹੋ ਜਾਣੀਆਂ। ਅਤੇ ਵਟਸਐਪ ਨੰਬਰ ਤੁਸੀਂ ਸੇਵ ਕਰ ਲਿਓ, ਨੰਬਰ ਇੱਥੇ ਮੈਂ ਉੱਤੇ ਸਕਰੀਨ 'ਤੇ ਵੀ ਦੇ ਦਾਂਗਾ ਅਤੇ ਥੱਲੇ ਕਮੈਂਟਾਂ 'ਚ ਵੀ ਕੋਸ਼ਿਸ਼ ਕਰਾਂਗਾ, ਠੀਕ ਹੈ।